ਦਿਨ ਹਨ। ਦਸੰਬਰ ਸ਼ੁਰੂ ਹੋ ਰਿਹਾ, ਤਰੀਕਾਂ ਨੇੜੇ ਨੇ। ਇਹ ਸੀਤ, ਇਹ ਠੰਡ, ਸਾਡਾ ਸਿਮਰਨਾ ਹੈ। ਜਿਵੇਂ ਕੋਈ ਫਕੀਰ ਮਾਲਾ ਫੜ ਕੇ ਸਹਾਰਾ ਲੈਂਦਾ ਨਾ, ਤੇ ਉਹਨੂੰ ਰੱਬ ਚੇਤੇ ਕਰਦਾ, ਇਹ ਸੀਤ ਸਾਡਾ ਸਿਮਰਨਾ ਹੈ। ਤੇ ਸਾਨੂੰ ਯਾਦ ਦਵਾਉਂਦੀ ਜਦੋਂ ਪੈਰ ਠਰਦੇ ਠੰਡੇ ਫਰਸ਼ ਦੇ, ਵੀ ਧੰਨ ਮਾਂ ਗੁਜਰੀ ਜੀ, ਉਹ ਹੱਥ ਕਿਵੇਂ ਸੁੰਨ ਹੁੰਦੇ ਹੋਣਗੇ, ਉਹ ਪੈਰ ਕਿਵੇਂ ਲਾਲ ਹੁੰਦੇ ਹੋਣਗੇ, ਉਹ ਬੁੱਲੀਆਂ ਕਿਵੇਂ ਸੁਰਖ ਹੁੰਦੀਆਂ ਹੋਣਗੀਆਂ। ਤੇ ਜਦੋਂ ਅਸੀਂ ਉਹਨਾਂ ਨੂੰ ਸਿਮਰਾਂਗੇ ਨਾ, ਸਾਡੇ ਅੰਦਰ ਆਤਮ ਬਲ ਆਏਗਾ, ਸਾਡੇ ਅੰਦਰ ਸਿੱਖੀ ਦਾ ਜਜ਼ਬਾ ਗੂੜਾ ਹੋਏਗਾ। ਸੋ ਅੱਜ ਤੋਂ ਪ੍ਰਣ ਕਰੋ, ਹਰ ਰੋਜ਼ ਸ਼ਾਮ ਨੂੰ ਆਪਣੇ ਬਾਲਾਂ ਨੂੰ ਨਾਲ ਲੈ ਕੇ, ਕੁਛ ਨਹੀਂ ਕਰ ਸਕਦੇ ਤੇ 5 ਮਿੰਟ ਵਾਹਿਗੁਰੂ ਵਾਹਿਗੁਰੂ, ਤੇ ਫਿਰ ਉਹਨਾਂ ਨੂੰ ਦੱਸੋ ਵੀ ਕਿਉਂ ਜੁੜਨਾ ਸ਼ੁਰੂ ਕੀਤਾ। ਰਜਾਈਆਂ 'ਚ ਬੈਠੋ, ਨਿੱਘ 'ਚ ਬੈਠੋ, ਪਰ ਨਾਲ ਠੰਡਾ ਬੁਰਜ ਜ਼ਰੂਰ ਸਿਮਰਦੇ ਰਹੋ। ਫਰਜ਼ ਹੈ ਵੱਡਾ, ਖੂਨ 'ਚ ਰੰਗ ਚੜ੍ਹ ਜਾਏਗਾ, ਯਕੀਨ ਕਰਿਓ ਵਿਅਰਥ ਨਹੀਂ ਜਾਏਗਾ। 5 ਮਿੰਟ ਵੀ ਲਾਓਗੇ ਨਾ, ਵਿਅਰਥ ਨਹੀਂ ਜਾਣਾ। ਆਪਣਾ ਫਰਜ਼ ਨਿਭਾਈਏ ਸਤਿ ਸ੍ਰੀ ਅਕਾਲ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਉਹ ਇਕੱਲਾ ਇੱਥੇ ਹੀ ਨਹੀਂ ਖੜ ਕੇ ਬੋਲਣਾ, ਘਰ ਵੀ ਜਾ ਕੇ ਬੋਲਣਾ।